स्पैशल रिपोर्टर आए जी सामने देखते हैं वीडियो बनाएंगे अपनी मोटर चोरी हो गई ओदी स्पैशल रिपोर्टर लाइन दें हां जी चिट्टे इंडिया टीवी ते तुहाडा स्वागत है जी। मैं सतनाम सिंह पत्रकार मंडी बरीवाला तो इस समय मंडी बरीवाला दे पिंड लवाने वाली विखे एक किसान दे खेत विच पई हुई है जिथे के पिछले लंबे समय तो लैके लोगों दे विच भावना पाई जाती सी कि हो सकता भी सियासी जिहड़ा हैगा बदलाव लियाउण दे नाल जिहड़ियां समस्यावां है किसानी जां कई होर प्रकार दियां ਉਹ ਖਤਮ ਹੋ ਜਾਣਗੀਆਂ ਪਰ ਪਤਾ ਨਹੀਂ ਵਜ੍ਹਾ ਕੀ ਬਣੀ ਵੀ ਇਹ ਸਰਕਾਰ ਆਉਣ ਦੇ ਨਾਲ ਨਾਲ ਜਿਹੜੀਆਂ ਹੈਗੀਆਂ ਇਹ ਸਗੋਂ ਦੀ ਜਿਹੜੀਆਂ ਲੋਕਾਂ ਦੀਆਂ ਸਮੱਸਿਆਵਾਂ ਦੁੱਗਣੀਆਂ ਤੋਂ ਚੌਗਣੀਆਂ ਹੁੰਦੀਆਂ ਦਿਖਾਈ ਦੇ ਰਹੀਆਂ ਕਿਉਂਕਿ ਇੱਥੇ ਜਿਹੜੇ ਇਲਾਕੇ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਚੋਰੀਆਂ ਦੀ ਪੂਰੀ ਤਰ੍ਹਾਂ ਭਰਮਾਰ ਹੈਗੀ ਆ ਕਈ ਤਰ੍ਹਾਂ ਦੇ ਜਿਹੜੇ ਨਸ਼ੇੜੀ ਉਹ ਨਸ਼ਾ ਕਰਨ ਵਾਸਤੇ ਕੋਈ ਵੀ ਮਾੜਾ ਤਕੜਾ ਜਾਂ ਗਰੀਬ ਨਹੀਂ ਵੇਖਦੇ ਆਪਣੇ ਢਿੱਡ ਨਸ਼ੇ ਦੀ ਲੱਤ ਨੂੰ ਪੂਰਾ ਕਰਨ ਵਾਸਤੇ ਖੇਤਾਂ 'ਚ ਮੋਟਰਾਂ ਟਰਾਂਸਫਾਰਮਰਾਂ 'ਚ ਤਾਂਬਾ ਜਾਂ ਬਿਜਲੀ ਦੀਆਂ ਤਾਰਾਂ ਕੇਬਲਾਂ ਕੁਛ ਵੀ ਜਿਹੜਾ ਹੈ ਉਹ ਖੇਤਾਂ ਦੇ ਵਿੱਚ ਸੁਰੱਖਿਅਤ ਨਹੀਂ ਹੈਗਾ ਇਸ ਵੇਲੇ ਕਿਉਂਕਿ ਪੁਲਿਸ ਗਸ਼ਤ ਕਰਦੀ ਹੈ ਇਹ ਨਹੀਂ ਕਹਿ ਸਕਦੀ ਪਰ ਚੋਰ ਜਿਹੜੇ ਉਹ 24 ਘੰਟੇ ਕੰਮ ਕਰਦੇ ਆ ਪੁਲਿਸ ਆ ਜਿਹੜੀ ਉਹ ਕਦੇ ਕਦੇ ਕੰਮ ਕਰਦੀ ਆ ਇਸ ਕਰਕੇ ਚੋਰਾਂ ਨੂੰ ਪੂਰੀ ਤਰ੍ਹਾਂ ਨਕੇਲ ਨਹੀਂ ਪੈ ਰਹੀ ਅਸੀਂ ਇੱਥੇ ਕੱਲ੍ਹ ਦੀ ਰਾਤ ਇੱਕ ਮੋਟਰਾਂ ਲਗਭਗ ਕਿਸਾਨਾਂ ਦੇ ਕਹਿਣ ਮੁਤਾਬਕ ਪਿਛਲੇ ਕੁਛ ਅਰਸੇ ਤੋਂ ਜਿਹੜੀਆਂ ਨੇ ਨਾ ਇੱਕ ਦਰਜਨ ਦੇ ਕਰੀਬ ਇੱਕ ਹਫ਼ਤੇ ਤੋਂ ਹਫ਼ਤੇ ਦੇ ਵਿੱਚ ਵਿੱਚ ਮੋਟਰਾਂ ਜਿਹੜੀਆਂ ਕਿਸਾਨਾਂ ਦੀਆਂ ਚੋਰੀਆਂ ਅੱਗੇ ਝੋਨਾ ਲਾਉਣ ਦਾ ਸਮਾਂ ਆ ਗਿਆ ਨਾ ਆਰਥਿਕ ਮੰਦੀ ਦਾ ਮਲਵਾੜਾ ਹੋਣ ਕਰਕੇ ਕਿਸਾਨ ਜਿਹੜੇ ਉਹ ਨਾ ਤਾਂ ਨਵੀਆਂ ਮੋਟਰਾਂ ਲੈ ਸਕਦੇ ਆ ਨਾ ਏਡੀ ਛੇਤੀ ਕੁਛ ਵੀ ਹੋ ਸਕਦਾ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਵੀ ਨਵੀਂ ਕੀ ਆ ਜਿਹੜਾ ਇਸ ਤਰ੍ਹਾਂ ਬਾਈ ਜੀ ਕੀ ਨਾਮ ਦਲੇਰ ਸਿੰਘ ਜੀ ਕਦੋਂ ਤੋਂ ਲੈ ਕੇ ਕਿਵੇਂ ਮੋਟਰਾਂ ਕੀ ਹੋ ਰਿਹਾ ਇੱਥੇ ਦੱਸੋਗੇ ਵਾਲਾ ਜਿਹਾ ਪਿਛਲੇ 4 ਸਾਲਾਂ ਤੋਂ ਮੇਰੇ ਨਾਲ 8 ਮੋਟਰਾਂ ਚੋਰੀ ਹੋ ਚੁੱਕੀ ਇੱਕ ਪਰਿਵਾਰ ਦੀਆਂ 8 ਮੋਟਰਾਂ ਜੀ ਹਾਂਜੀ ਅੱਛਾ ਜੀ ਹਾਂਜੀ ਆਹ ਪਤਾ ਹੀ ਹੈ 8 ਮੋਟਰਾਂ ਤੇ ਵਜਦਾ ਇਥੋਂ ਕੀ ਆ ਮੈਂ ਤਾਂ ਮੋਟਰਾਂ ਲਾਉਣ ਤੇ ਰਹਿਣਾ ਜੀ ਆਏ ਸਾਹਿਬ ਪੱਤਰਕਾਰ ਆਏ ਸੀ ਜੀ ਕਿਉਂਕਿ ਆਪਣੀਆਂ ਮੋਟਰਾਂ ਕਾਫੀ ਹੋ ਗਈਆਂ ਸੀ ਚੋਰੀ ਤੇ ਆਪਣੀ ਇੰਟਰਵਿਊ ਲੈ ਕੇ ਗਏ ਆ ਵੇਖੋ ਕੀ ਕਰਦੇ ਆ ਪਹਿਲੀ ਵਾਰੀ ਮੈਂ ਇੰਟਰਵਿਊ ਦਿੱਤੀ ਇਦਾਂ ਦੀ ਥੋੜਾ ਜਿਹਾ ਨਰਵਸ ਸੀਗਾ ਪਰ ਠੀਕ ਹੈ ਮੈਂ ਬੋਲਿਆ ਵਧੀਆ ਬੋਲਿਆ ਸਿਰਾ ਲਾਇਆ ਜੀ ਹਾਂ ਹਾਂ ਤੂੰ ਦੱਸ ਮੈਂ ਤਾਂ ਕਹਿਤਾ ਮੈਨੂੰ ਤਾਂ ਸਾਲਾ ਗਰਮੀ ਬੜੀ ਆ ਮੈਨੂੰ ਜਿੱਦਣ ਮਿਲ ਗਿਆ ਨਾ ਮੋਟਰ ਭੈਣ 8ਵੀਂ ਮੋਟਰ ਲੈ ਕੇ ਚੋਰੀ ਕਰਕੇ 8ਵੀਂ ਮੋਟਰ ਲੈ ਕੇ ਤਾਣੀ ਬਾਵਾ ਵੱਡੀ ਬਾਵਾ ਫੇਰ ਕਿੱਡੀ ਗੱਲ 20,000 ਦੀ ਮੋਟਰ ਲਿਆ ਫੇਰ ਕਿੱਡੀ ਗੱਲ ਫੇਰ ਲੱਖਾਂ ਦੇ ਮੈਨੂੰ ਮੋਟਰ ਹੀ ਹੋ ਗਈ ਮੈਂ ਸੋਚਿਆ ਵੀ ਕੋਠਾ ਹੀ ਪਾਲਾ ਤੂੰ ਚੰਗਾ ਤਾਂ ਮੈਂ 20,000 ਦੀ ਮੋਟਰ ਲੈ ਕੇ ਤੇ 20,000 ਲੱਗਣਾ ਨਹੀਂ ਚਲੋ 35,000 ਰੁਪਇਆ ਲੱਗ ਗਿਆ ਪਰ ਹੁਣ ਸੁੱਖ ਤਾਂ ਹੈ 20,000 ਤਾਂ ਨਹੀਂ ਲੱਗਾ 35,000 ਹੀ ਲੱਗਾ 35,000 ਲੱਗਾ ਉਹ ਗੁਰੂਆ 20,000 ਦੀ ਤਾਂ ਇੱਟੀ ਲਾਤੀ ਹੋਣੀ ਆਪਾਂ ਹਨਾ ਚਲੋ ਠੀਕ ਹੈ ਜੀ ਓਕੇ ਬਾਏ ਲਵ ਯੂ ਕੰਮ ਆਪਾਂ ਨਿਬੇੜਤਾ ਇਹ ਆਉਣਗੇ 7 ਦਿਨਾਂ ਬਾਅਦ ਹੀ ਤੁਹਾਡੇ ਕੋਲ।